ਸਵਾਗਤ ਹੈ ਜੀ ਤੁਹਾਡਾ ਸਾਡੇ YouTube ਚੈਨਲ ਪੰਜਾਬ ਵੈਦਰ TV ਵਿੱਚ ਤੇ ਲੈ ਕੇ ਹਾਜ਼ਰ ਹੋਏ ਜੀ ਅਸ ਵੇਲੇ ਦੀ ਸਭ ਤੋਂ ਵੱਡੀ ਖਬਰ ਜਹਾਜ਼ ਕਰੈਸ਼ ਹੋਣ ਤੋਂ ਬਾਅਦ ਇੱਕ ਮਹੀਨਾ ਜੰਗਲਾਂ ਵਿੱਚ ਪੰਛੀਆਂ ਦੇ ਅੰਡੇ ਖਾ ਖਾ ਕੇ ਇਸ ਤਰ੍ਹਾਂ ਬਚਾਈ ਇਸ ਪਾਇਲਟ ਨੇ ਆਪਣੀ ਜਾਨ ਦੋਸਤੋ ਵੀਡੀਓ ਨੂੰ ਪੂਰੀ ਅੰਤ ਤੱਕ ਦੇਖਿਓ ਤਾਂ ਜੋ ਤੁਹਾਨੂੰ ਇਸ ਖਬਰ ਦੀ ਜਾਣਕਾਰੀ ਮਿਲ ਸਕੇ ਤੇ ਨਾਲ ਹੀ ਵੀਡੀਓ ਨੂੰ ਲਾਈਕ ਚੈਨਲ ਨੂੰ ਸਬਸਕ੍ਰਾਈਬ ਅਤੇ ਵੀਡੀਓ ਨੂੰ ਸ਼ੇਅਰ ਕਰਨਾ ਨਾ ਭੁੱਲਿਓ ਇਨਸਾਨ ਦਾ ਜੰਮਣਾ ਅਤੇ ਮਰਨਾ ਸਾਰਾ ਕੁਝ ਵਾਹਿਗੁਰੂ ਦੇ ਹੱਥ ਵਿੱਚ ਹੈ ਜੀ ਇਹਨਾਂ ਸਤਰਾਂ ਨੂੰ ਬਹੁਤ ਸਾਰੀਆਂ ਹੋਈਆਂ ਘਟਨਾਵਾਂ ਨੇ ਸਾਰਥਕ ਕਰ ਦਿੱਤਾ ਹੈ ਤੇ ਜਹਾਜ਼ ਕਰੈਸ਼ ਹੋਣ ਤੋਂ ਬਾਅਦ 1 ਮਹੀਨਾ ਜੰਗਲਾਂ ਵਿੱਚ ਪੰਛੀਆਂ ਦੇ ਅੰਡੇ ਖਾ ਕੇ ਇੱਕ ਪਾਇਲਟ ਨੇ ਆਪਣੀ ਜਾਨ ਇਸ ਤਰ੍ਹਾਂ ਬਚਾਈ ਹੈ ਸੋਸ਼ਲ ਮੀਡੀਆ ਦੇ ਉੱਪਰ ਇੱਕ ਅਜੀਹਾ ਹੀ ਮਾਮਲਾ ਚਰਚਾ ਦਾ ਵਿਸ਼ਾ ਬਣਿਆ ਹੋਇਆ ਜਿੱਥੇ ਇਨਸਾਨ ਬਲੋ ਆਪਣੀ ਜ਼ਿੰਦਗੀ ਦੇ ਵਿੱਚ ਆਈ ਮੁਸ਼ਕਲ ਦਾ ਡਟ ਕੇ ਮੁਕਾਬਲਾ ਕੀਤਾ ਗਾਇ ਹੈ ਤੇ ਇਹ ਘਟਨਾ ਅਮਾਜ਼ਨ ਦੇ ਖਤਰਨਾਕ ਜੰਗਲਾਂ ਤੋਂ ਸਾਹਮਣੇ ਆਈ ਹੈ ਜਿੱਥੇ ਇੱਕ ਜਹਾਜ਼ ਦੇ ਕ੍ਰੈਸ਼ ਹੋਣ ਦੀ ਖਬਰ ਸਾਹਮਣੇ ਆਈ ਇਸ ਦੇ ਜਿਸ ਵਿੱਚ 36 ਸਾਲ ਦਾ ਪਾਇਲਟ ਐਟੋਨੀਓ 28 ਜਨਵਰੀ ਤੋਂ ਲਾਪਤਾ ਦੱਸਿਆ ਜਾ ਰਿਹਾ ਹੈ ਜੋ ਜਹਾਜ਼ ਵਿੱਚ ਆਈ ਤਕਨੀਕੀ ਖਰਾਬੀ ਦੇ ਕਾਰਨ ਅਮਾਜ਼ਨ ਦੇ ਜੰਗਲਾਂ ਵਿੱਚ ਜਹਾਜ਼ ਉਤਾਰਨ ਦੌਰਾਨ ਕ੍ਰੈਸ਼ ਹੋ ਗਿਆ ਤੇ ਜਿਸ ਕਾਰਨ ਪਾਇਲਟ ਜੰਗਲਾਂ ਵਿੱਚ ਫਸ ਗਿਆ ਤੇ ਉਸ ਦੀ ਭਾਲ ਲਈ ਰੈਸਕਿਊ ਟੀਮ ਵੱਲੋਂ ਮੁਹਮਮਾ ਸ਼ੁਰੂ ਕਰ ਦਿੱਤੇ ਕਿ ਤੇ ਉਸ ਸਮੇਂ ਉਹ ਜਹਾਜ਼ ਨੇ ਪੋਰਟਗਾਲ ਦੇ ਐਲੇਕੇਰ ਸ਼ਹਿਰ ਤੋਂ ਉਡਾਣ ਭਰੀ ਤੇ ਉਹ ਐਲ ਮੇਰੀਆਮ ਸ਼ਹਿਰ ਜਾ ਰਿਹਾ ਸੀ ਤੇ ਜਿੱਥੇ ਰੈਸਕਿਊ ਟੀਮ ਵੱਲੋਂ ਪਾਇਲਟ ਨੂੰ ਲੱਭਣ ਦੀ ਕੋਸ਼ਿਸ਼ ਜਾਰੀ ਰਹੀ ਉੱਥੇ ਹੀ ਪਾਇਲਟ ਵੱਲੋਂ ਜੰਗਲ ਵਿੱਚ ਢੱਡ ਭਰਨ ਲਈ ਚਿੜੀਆਂ ਦੇ ਅੰਡੇ ਤੱਕ ਖਾਦੇ ਗਏ ਤੇ 1 ਮਹੀਨੇ ਬਾਅਦ ਉਨ੍ਹਾਂ ਦੀ ਮੁਲਾਕਾਤ ਰੈਸਕਿਊ ਟੀਮ ਦੇ ਨਾਲ ਹੋਈ ਤੇ ਜਿਸ ਤੋਂ ਬਾਅਦ ਪਾਇਲਟ ਨੂੰ ਹਸਪਤਾਲ ਲਿ ਯਾਇਆ ਗਿਆ ਤੇ ਜਿੱਥੇ ਡਾਕਟਰਾਂ ਬੋਲੋ ਕੁਝ ਮਾਮੂਲੀ ਸਟਾ ਤੇ ਡੀ ਹਾਈਡਰੇਸ਼ਨ ਦਾ ਇਲਾਜ ਕਰਨ ਤੋਂ ਬਾਅਦ ਉਸ ਨੂੰ ਘਰ ਭੇਜ ਦਿੱਤਾ ਗਿਆ ਤੇ ਉੱਥੇ ਪਾਇਲਟ ਨੇ ਦੱਸਿਆ ਕਿ ਜਹਾਜ਼ ਕ੍ਰੈਸ਼ ਹੋਣ ਤੋਂ ਪਹਿਲਾਂ ਜਿਹੜਾ ਸਮਾਨ ਉਸ ਕੋਲ ਸੀ ਤੇ ਉਸ ਨੇ ਉਹ 2-3 ਦਿਨ ਵਿੱਚ ਖਤਮ ਕਰ ਦਿੱਤਾ ਤੇ ਜਿਸ ਤੋਂ ਬਾਅਦ ਉਸ ਬਲੋ ਢੱਡ ਪਰ ਲਈ ਜੰਗਲੀ ਫਲ ਚਿੜੀਆਂ ਦੇ ਅੰਡੇ ਤੱਕ ਖਾਦੇਗੇ ਤੇ 1 ਮਹੀਨੇ ਤੋਂ ਬਧੇਰੇ ਸਮੇਂ ਤੱਕ ਕਈ ਖੂੰਖਾਰ ਜਾਨਵਰਾਂ ਦਾ ਉਸਨੇ ਸਾਹਮਣਾ ਕੀਤਾ ਹੈ ਦੋਸਤੋ ਤੁਸੀਂ ਇਸ ਬਾਰੇ ਕੀ ਸੋਚਦੇ ਹੋ ਇੰਨੀ ਬੜੀ ਮੁਸ਼ਕਲ ਦੇ ਨਾਲ ਉਸਨੇ ਆਪਣੀ ਜਾਨ ਬਚਾਈ ਉਸਦੇ ਲਈ ਵਾਹਿਗੁਰੂ ਜਰੂਰ ਲਿਖਿਓ ਤੇ ਉਹਦੀ ਇੰਨੀ ਜਿਹੜੀ ਕਿ ਸਿੱਧਤ ਦੇ ਨਾਲ ਆਪਣੀ ਜਾਨ ਬਚਾਈ ਗਈ ਆ ਤੁਸੀਂ ਉਸ ਨੂੰ ਹੌਸਲਾ ਭਜਾਈ ਕਰੋ ਵੀਡੀਓ ਨੂੰ ਬਾਤ ਤੋਂ ਬਾਤ ਸ਼ੇਅਰ ਕਰ ਦਿਓ ਜੀ ਉਸ ਦਿਨੋਂ ਤਾਂ ਕਿ ਹਰੇਕ ਘਰ ਘਰ ਤੱਕ ਇਹ ਖਬਰ ਜਰੂਰ ਪਹੁੰਚੇ ਧੰਨਵਾਦ